ਸਤਿ ਸ਼੍ਰੀ ਅਕਾਲ ਦੋਸਤੋ, ਹਰ ਵਾਰ ਦੀ ਤਰ੍ਹਾਂ ਅੱਜ ਵੀ ਬੜੀ ਛੋਟੀ ਜਿਹੀ ਜਾਣਕਾਰੀ ਲੈ ਕੇ ਆਇਆ ਤੁਹਾਡੇ ਲਈ। ਵੈਸੇ ਤੁਸੀਂ ਵੀਡੀਓ ਦਾ ਥੰਬਨੇਲ ਦੇਖ ਕੇ ਸਮਝ ਹੀ ਗਏ ਹੋਣੇ ਆ ਕਿ ਅੱਜ ਆਪਾਂ ਕਿਸ ਵਿਸ਼ੇ ਤੇ ਗੱਲ ਕਰਾਂਗੇ। ਅੱਜ ਆਪਾਂ ਗੱਲ ਕਰਾਂਗੇ ਜੀ ਕਿ ਅਫੀਮ ਖਾਈਏ ਜਾਂ ਨਾ। ਵੈਸੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਖਾਣਾ ਕੋਈ ਬਾਹਲੀ ਵੱਡੀ ਸਿਆਣਪ ਵਾਲੀ ਗੱਲ ਨਹੀਂ ਹੈਗੀ। ਅੱਜ ਤੁਸੀਂ ਨਸ਼ਾ ਖਾ ਲਓਗੇ, ਤੁਹਾਡੇ ਸਰੀਰ ਨੂੰ ਐਨਰਜੀ ਮਿਲ ਜਾਏਗੀ, ਤੁਸੀਂ ਕੰਮ ਕਾਰ ਨੂੰ ਭੱਜੇ ਫਿਰੋਗੇ, ਤਾਂ ਤੁਹਾਨੂੰ ਲੱਗੇਗਾ ਕਿ ਇਹ ਤਾਂ ਬਹੁਤ ਕਮਾਲ ਦੀ ਚੀਜ਼ ਹੈ। ਪਰ ਇਹ ਕਦੋਂ ਤੁਹਾਡੇ ਹੱਡਾਂ ਦੇ ਵਿੱਚ ਰਚ ਜਾਏਗਾ ਤੁਹਾਨੂੰ ਪਤਾ ਹੀ ਨਹੀਂ ਚੱਲਣਾ। ਸੋ ਦੋਸਤੋ, ਤੁਸੀਂ ਦੇਖ ਰਹੇ ਹੋ DS ਤਰਾਣੀਆਂ ਯੂਟਿਊਬ ਚੈਨਲ ਅਤੇ ਮੈਂ ਹਾਂ ਧਰਮਿੰਦਰ ਸਿੰਘ, ਪਿੰਡ ਤਰਾਣੀਆਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਦੋਸਤੋ, ਤੁਸੀਂ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸਾਨੂੰ ਮਿਲਣਾ ਚਾਹੁੰਦੇ ਹੋ ਜੀ, ਤਾਂ ਸ਼ਨੀਵਾਰ ਅਤੇ ਐਤਵਾਰ ਪਿੰਡ ਤਲਾਣੀਆਂ, ਜਿਵੇਂ ਕਿ ਮੈਂ ਦੱਸ ਕੇ ਹਟਿਆ, ਅਤੇ ਜ਼ਿਲ੍ਹਾ ਇਹ ਪੈਂਦਾ ਜੀ ਸਾਨੂੰ ਫਤਿਹਗੜ੍ਹ ਸਾਹਿਬ, ਇਹਦੇ ਨੇੜੇ ਸਾਡਾ ਇੱਥੇ ਫਾਰਮ ਹਾਊਸ ਹੈ ਜੀ। ਇੱਥੇ ਆ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ, ਆਪਣੇ ਬਿਮਾਰੀ ਦੇ ਸੰਬੰਧ ਵਿੱਚ ਸਾਡੇ ਨਾਲ ਡਿਸਕਸ ਕਰ ਸਕਦੇ ਹੋ, ਜਾਂ ਸਾਡੇ ਤੋਂ ਕੋਈ ਮੈਡੀਸਨ ਲੈ ਸਕਦੇ ਹੋ, ਸਾਡੇ ਤੋਂ ਕੋਈ ਘਰੇਲੂ ਨੁਸਖਾ ਪੁੱਛ ਸਕਦੇ ਹੋ। ਸੋ ਦੋਸਤੋ, ਸਾਡੇ ਕੋਲ ਹਰ ਤਰ੍ਹਾਂ ਦਾ ਪੇਸ਼ੈਂਟ ਇੱਥੇ ਆਉਂਦਾ ਹੈ, ਅਤੇ ਉਮੀਦ ਕਰੀਦੀ ਹੈ, ਮਹਾਰਾਜ ਅੱਗੇ ਅਰਦਾਸ ਕਰੀਦੀ ਹੈ ਜੀ ਕਿ ਤੁਸੀਂ ਸਾਰੇ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ। ਆਪਾਂ ਗੱਲ ਕਰ ਰਹੇ ਹਾਂ ਜੀ ਅਫੀਮ ਦੀ। ਵੈਸੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਉੱਤੇ ਲੈ ਲਓ ਕਿ ਜਿਹੜੇ ਜਿਹੜੇ ਬੰਦੇ, ਕਈ ਵਾਰ ਕਿਸੇ ਪਰਿਵਾਰ ਦੇ ਵਿੱਚ ਕੋਈ ਬੰਦਾ ਨਸ਼ਾ ਕਰਦਾ ਹੋਏਗਾ, ਤਾਂ ਤੁਸੀਂ ਦੇਖਿਓ ਕਿ ਪਹਿਲਾਂ ਸਟਾਰਟਿੰਗ ਦੇ ਵਿੱਚ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ, ਉਦੋਂ ਇੱਦਾਂ ਹੁੰਦਾ ਕਿ ਮੈਂ ਅੱਜ ਹੀ ਕੀਤਾ ਹੈ, ਜਾਂ ਮੈਂ ਤਾਂ ਸਾਲ 'ਚ ਇੱਕ ਵਾਰੀ ਡਰਿੰਕ ਕਰ ਲੈਂਦਾ ਹੈ ਜਾਂ ਕੋਈ ਨਸ਼ਾ ਕਰ ਲੈਂਦਾ ਹੈ। ਪਰ ਇਹ ਕਦੋਂ ਤੁਹਾਨੂੰ ਖਾਣ ਲੱਗ ਜਾਂਦਾ ਇਸ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ ਚੱਲਦਾ। ਸੋ ਦੋਸਤੋ, ਜਦੋਂ ਇਹ ਨਸ਼ਾ ਤੁਹਾਨੂੰ ਖਾਣ ਲੱਗ ਜਾਂਦਾ ਹੈ, ਫਿਰ ਇਸ ਤੋਂ ਖਹਿੜਾ ਛਡਾਉਣਾ ਬਹੁਤ ਔਖਾ ਹੋ ਜਾਂਦਾ ਹੈ। ਇਹ ਨਸ਼ਾ ਤੁਹਾਨੂੰ ਤਾਂ ਖਾਂਦਾ ਹੀ ਹੈ, ਨਾਲ ਤੁਹਾਡੇ ਪਰਿਵਾਰ ਨੂੰ ਵੀ ਖਾਂਦਾ ਹੈ। ਸ਼ਾਇਦ ਮੇਰੀ ਕਹੀ ਹੋਈ ਗੱਲ ਕਈਆਂ ਨੂੰ ਕੌੜੀ ਲੱਗੇਗੀ, ਪਰ ਇਹ ਗੱਲ ਸੱਚ ਹੈ ਜੀ। ਤੁਸੀਂ ਕਦੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਗੱਲ ਕਰਕੇ ਦੇਖਿਓ ਕਿ ਤੁਹਾਡਾ ਪਰਿਵਾਰ ਇਹਨਾਂ ਚੀਜ਼ਾਂ ਤੋਂ ਕਿੰਨਾ ਜ਼ਿਆਦਾ ਦੁਖੀ ਹੈ। ਕਿਉਂਕਿ ਜਿਹੜਾ ਬੰਦਾ ਨਸ਼ਾ ਕਰਦਾ ਜੀ, ਉਸਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿਸੇ ਨੂੰ ਪਰੇਸ਼ਾਨ ਕਰ ਰਿਹਾ ਹੈ। ਕਿਉਂਕਿ ਆਪਣਾ ਤਾਂ ਉਹ ਲੜ ਝਗੜ ਕੇ ਆਪਣੇ ਮਨ ਦਾ ਗੁਬਾਰ ਕੱਢ ਦਿੰਦਾ ਹੈ, ਪਰ ਜਿਹੜਾ ਸੋਫੀ ਬੰਦਾ ਹੁੰਦਾ, ਜਿਹਨੇ ਕੋਈ ਨਸ਼ਾ ਨਹੀਂ ਕੀਤਾ ਹੁੰਦਾ, ਉਸਦੇ ਮਨ ਦੇ ਉੱਤੇ ਬੜੀਆਂ ਡੂੰਘੀਆਂ ਸੱਟਾਂ ਵੱਜਦੀਆਂ ਹੈ, ਬੜੀ ਤਕਲੀਫ ਹੁੰਦੀ ਹੈ। ਆਪਾਂ ਜਿਵੇਂ ਕਿ ਅੱਜ ਮੈਂ ਵਿਸ਼ਾ ਲੈ ਕੇ ਆਇਆ ਫੀਮ ਦਾ, ਇਸ ਦੇ ਪਿੱਛੇ ਕਾਰਨ ਹੈ ਜੀ ਕਿ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਕਰਨ ਲੱਗਿਆ। ਤੁਸੀਂ ਆਮ ਤੌਰ 'ਤੇ ਯੂਟਿਊਬ 'ਤੇ ਵੀਡੀਓਜ਼ ਦੇਖਦੇ ਹੋਣੇ ਆ, ਬਹੁਤ ਸਾਰੇ ਚੈਨਲਾਂ ਵਾਲੇ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਨਾ ਹੀ ਮੈਨੂੰ ਇੱਦਾਂ ਵੀ ਮੈਂ ਕਿਸੇ ਨੂੰ ਭੰਡ ਰਿਹਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕਈ ਵਾਰੀ ਕਈ ਸ਼ਖਸ ਇੱਦਾਂ ਦੇ ਹੁੰਦੇ ਆ ਕਿ ਜਿਹੜੇ ਕਹਿੰਦੇ ਆ ਕਿ ਅਫੀਮ ਖਾਣੀ ਚਾਹੀਦੀ ਹੈ, ਅਫੀਮ ਖਾ ਲੈਣੀ ਚਾਹੀਦੀ ਹੈ, ਇਸ ਦੇ ਨਾਲ ਤੁਸੀਂ ਕੰਮ ਕਰਦੇ ਹੋ, ਇਸ ਦੇ ਨਾਲ ਬੰਦਾ ਕਿਸੇ ਦਾ ਸਿਰ ਨਹੀਂ ਪਾੜਦਾ, ਇਹਨੂੰ ਇੱਦਾਂ ਨਹੀਂ ਹੁੰਦਾ, ਇਹਦਾ ਕੋਈ ਨੁਕਸਾਨ ਨਹੀਂ ਹੈਗਾ। ਇਹ ਗਲਤ ਗੱਲ ਹੈ ਜੀ। ਗਲਤ ਗੱਲ ਇਹ ਇਸ ਕਰਕੇ ਹੈ ਕਿ ਪਿੱਛੇ ਜੇ ਮੈਂ ਇੱਕ ਵੀਡੀਓ ਦੇਖੀ ਹੈ, ਉਸਦੇ ਵਿੱਚ ਇੱਕ ਪੱਤਰਕਾਰ ਕਿਸੇ ਸ਼ਖਸ ਕੋਲ ਜਾਂਦੇ ਆ, ਖੈਰ ਸ਼ਾਇਦ ਕਈਆਂ ਨੂੰ ਸਮਝ ਵੀ ਆ ਜਾਵੇ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ, ਅਤੇ ਉਹਨਾਂ ਨੂੰ ਜਾ ਕੇ ਪੱਤਰਕਾਰ ਕਹਿੰਦੇ ਆ ਕਿ ਤੁਸੀਂ ਜੀ ਅੱਜ ਬੜਾ ਡਾਊਨ ਲੱਗ ਰਹੇ ਹੋ, ਬੜੀ ਚੁਸਤੀ ਫੁਰਤੀ ਤੁਹਾਡੇ ਵਿੱਚ ਨਹੀਂ ਹੈਗੀ, ਅਤੇ ਜਦਕਿ ਤੁਸੀਂ ਅੱਗੇ ਤਾਂ ਬੜਾ ਚੁਸਤ ਫੁਰਤ ਅਤੇ ਫੁਰਤੀਲਾ ਰਹਿੰਦੇ ਹੋ, ਤੇਜ਼ ਬੋਲਦੇ ਹੋ। ਸੋ ਉਹ ਸਾਹਮਣੇ ਵਾਲਾ ਸ਼ਖਸ ਕਹਿੰਦਾ ਜੀ ਕਿ ਮੈਂ ਅਫੀਮ ਅੱਜ ਨਹੀਂ ਖਾਧੀ ਹੋਈ, ਮੈਂ ਅਫੀਮ ਛੱਡ ਰਿਹਾ, ਅਤੇ ਪੱਤਰਕਾਰ ਕਹਿੰਦਾ ਜੀ ਕਿ ਤੁਸੀਂ ਅਫੀਮ ਕਿਉਂ ਛੱਡ ਰਹੇ ਹੋ। ਫਿਰ ਉਹਨਾਂ ਨੇ ਦੱਸਿਆ ਕਿ ਮੇਰੇ ਇੱਕ ਮਿੱਤਰ ਸੀਗੇ, ਉਹ ਕਿਸੇ ਵਜ੍ਹਾ ਕਰਕੇ ਜੇਲ੍ਹ 'ਚ ਚਲੇ ਗਏ, ਅਤੇ ਉੱਥੇ ਉਹਨਾਂ ਨੂੰ ਅਫੀਮ ਨਹੀਂ ਮਿਲੀ, ਅਤੇ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਗਿਆ, ਫਿਰ ਉਹਨਾਂ ਨੂੰ ਤੋੜ ਲੱਗਦੀ ਸੀ ਤਾਂ ਉੱਥੇ ਉਹ ਹੋਰ ਨਸ਼ੇ ਦੇ ਉੱਤੇ ਲੱਗ ਗਏ। ਕਹਿੰਦੇ ਮੈਂ ਇਹ ਨਹੀਂ ਚਾਹੁੰਦਾ ਮੈਂ ਕੱਲ੍ਹ ਨੂੰ ਕਿਸੇ ਹੋਰ ਨਸ਼ੇ 'ਤੇ ਲੱਗਾਂ, ਕਿਉਂਕਿ ਜਿਸ ਹਿਸਾਬ ਨਾਲ ਉਹ ਸ਼ਖਸ ਕੰਮ ਕਰਦਾ ਹੈ, ਸਮਾਜ ਦੇ ਵਿੱਚ ਵਿਚਰਦਾ ਹੈ, ਤਾਂ ਉਹਨੂੰ ਇਹ ਲੱਗਦਾ ਕਿ ਮੈਂ ਕਿਸੇ ਵੀ ਸਮੇਂ ਜੇਲ੍ਹ ਦੇ ਵਿੱਚ ਜਾ ਸਕਦਾ। ਸੋ ਜਿਹੜੇ ਵੀ ਵੀਰ ਭਾਈ ਅਫੀਮ ਨੂੰ ਜਾਂ ਕਿਸੇ ਹੋਰ ਨਸ਼ੇ ਨੂੰ ਪ੍ਰਮੋਟ ਕਰਦੇ ਹੈ, ਤਾਂ ਮੈਂ ਕਹਾਂਗਾ ਜੀ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ। ਕਿਉਂਕਿ ਅਫੀਮ ਬੰਦਾ ਇੱਕ ਵਾਰੀ ਤਾਂ ਖਾ ਲੈਂਦਾ ਹੈ ਅਤੇ ਕੰਮ ਵੀ ਕਰਨ ਲੱਗ ਜਾਂਦਾ ਹੈ, ਜਦੋਂ ਚੜ੍ਹਦੀ ਜਵਾਨੀ ਹੁੰਦੀ ਹੈ ਜੀ ਉਦੋਂ ਤਾਂ ਬੰਦੇ ਨੂੰ ਲੱਗਦਾ ਹੁੰਦਾ ਕਿ ਗੱਲ ਕਹਾਣੀ ਕੁਛ ਵੀ ਨਹੀਂ ਹੈਗੀ, ਇਹ ਤਾਂ ਮੈਂ ਕਦੇ ਵੀ ਛੱਡ ਸਕਦਾ। ਪਰ ਜਦੋਂ ਇਹ ਤੁਹਾਡੇ ਹੱਡਾਂ 'ਚ ਰਚ ਜਾਂਦੀ ਹੈ, ਤੁਸੀਂ ਇਸ ਤੋਂ ਬਿਨਾਂ ਨਹੀਂ ਸਾਹ ਲੈ ਪਾਉਂਦੇ, ਫਿਰ ਬਹੁਤ ਔਖਾ ਜੀ। ਇਸ ਕਰਕੇ ਇੱਦਾਂ ਦੇ ਨਸ਼ੇ ਦੇ ਚੱਕਰ 'ਚ ਨਾ ਪਓ। ਜੇਕਰ ਬਾਈ ਚਾਂਸ ਤੁਹਾਨੂੰ ਮਜਬੂਰੀ ਦੇ ਵਿੱਚ ਸਰੀਰਕ ਰੋਗ ਕਰਕੇ ਇਹ ਨਸ਼ਾ ਜਾਂ ਕਹਿ ਲਓ ਇਹ ਦਵਾਈ ਦੇ ਤੌਰ 'ਤੇ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਆਪਣੇ ਵੱਡਿਆਂ ਦੀ ਦੇਖ ਰੇਖ ਦੇ ਵਿੱਚ ਲਓ। ਪਹਿਲੀ ਗੱਲ ਤਾਂ ਤੁਸੀਂ ਉਸਦੇ ਹੋਰ ਸੈਂਕੜਾ ਹੱਲ ਹੈ ਜੀ, ਤੁਸੀਂ ਉਹ ਕਰ ਸਕਦੇ ਹੋ, ਇਸ ਚੱਕਰ ਦੇ ਵਿੱਚ ਬਿਲਕੁਲ ਨਾ ਪਾਓ। ਅੱਜ ਤੁਸੀਂ ਦੇਖ ਲਓ, ਜਿਹੜੇ ਵੀ ਬੰਦੇ ਕੋਈ ਇੱਦਾਂ ਦਾ ਨਸ਼ਾ ਕਰਦੇ ਆ, ਉਹ ਕਦੇ ਵੀ ਨਹੀਂ ਚਾਹੁੰਗੇ ਕਿ ਮੇਰਾ ਬੇਟਾ, ਮੇਰਾ ਬੱਚਾ, ਮੇਰਾ ਧੀ ਪੁੱਤ ਇੱਦਾਂ ਦਾ ਕੋਈ ਨਸ਼ਾ ਕਰੇ। ਸੋ ਦੋਸਤੋ, ਇਸੇ ਤਰੀਕੇ ਨਾਲ ਜਿੰਨੇ ਵੀ ਬੰਦੇ ਦਾਰੂ ਪੀਂਦੇ ਹੈ, ਇਹੀ ਹਾਲ ਉਹਨਾਂ ਦਾ ਹੈ। ਦਾਰੂ ਅੱਜ ਤਾਂ ਪੀਣ ਲੱਗ ਜਾਂਦਾ ਹੈ, ਪਰ ਕਦੋਂ ਤੁਹਾਨੂੰ ਦਾਰੂ ਤੁਹਾਡੇ 'ਤੇ ਹਾਵੀ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਨਹੀਂ ਚੱਲਦਾ, ਫਿਰ ਉਹੀ ਇੱਕ ਪਰਿਵਾਰਾਂ ਦੇ ਵਿੱਚ ਕਲੇਸ਼ ਰਹਿੰਦਾ ਜੀ, ਅਤੇ ਪੈਸੇ ਦਾ ਨੁਕਸਾਨ ਅਲੱਗ ਹੁੰਦਾ ਹੈ, ਤੁਹਾਡੀ ਸਿਹਤ ਦਾ ਨੁਕਸਾਨ ਹੁੰਦਾ ਹੈ, ਤੁਹਾਡੇ ਪਰਿਵਾਰ ਦੇ ਵਿੱਚ ਤੁਸੀਂ ਕੰਮ ਕਾਰ ਨਹੀਂ ਕਰ ਸਕਦੇ, ਕਿਉਂਕਿ ਜੇਕਰ ਨਸ਼ਾ ਮਿਲੇਗਾ ਤਾਂ ਕੰਮ ਕਾਰ ਕਰਾਂਗੇ, ਨਹੀਂ ਆਪਾਂ ਪਏ ਹਾਂ ਜੀ।
ਜਿਵੇਂ ਕਿ ਮੈਂ ਪਿੱਛੇ ਤੁਹਾਨੂੰ ਗੱਲ ਸੁਣਾ ਕੇ ਹਟਿਆ ਕਿ ਉਹ ਸ਼ਖਸ ਪੱਤਰਕਾਰ ਨੂੰ ਕਹਿ ਰਿਹਾ ਸੀ ਕਿ ਮੈਂ ਨਸ਼ਾ ਇਸ ਕਰਕੇ ਨਹੀਂ ਕਰ ਰਿਹਾ ਤੇ ਕਿ ਮੈਂ ਕੱਲ ਨੂੰ ਅਗਰ ਮੈਂ ਜੇਲ੍ਹ ਚਲੇ ਜਾਵਾਂ ਤਾਂ ਮੈਨੂੰ ਉੱਥੇ ਨਸ਼ਾ ਨਾ ਮਿਲਿਆ ਤਾਂ ਮੈਨੂੰ ਮੁਸ਼ਕਲ ਹੋ ਜਾਏਗੀ। ਤੁਸੀਂ ਸੋਚ ਕੇ ਦੇਖੋ ਕਿ ਜੇਕਰ ਤੁਸੀਂ ਅੱਜ ਨਸ਼ਾ ਛੱਡਦੇ ਹੋ ਤੇ ਤੁਹਾਨੂੰ ਕੱਲ ਨੂੰ ਜੇਲ੍ਹ ਜਾਣਾ ਪੈਂਦਾ, ਬਾਈ ਚਾਂਸ ਕਿ ਕੋਈ ਹੋਰ ਵੀ ਤੁਹਾਨੂੰ ਸਮੱਸਿਆ ਹੋ ਸਕਦੀ ਹੈ ਤੇ ਤੁਹਾਨੂੰ ਨਸ਼ਾ ਨਹੀਂ ਮਿਲਦਾ, ਫਿਰ ਸਰੀਰ ਜਵਾਬ ਦੇ ਜਾਂਦਾ ਹੈ। ਸੋ ਇਹ ਸੁਨੇਹਾ ਸਮਾਜ ਨੂੰ ਇਹਨਾਂ ਇਦਾਂ ਦੀਆਂ ਵੀਡੀਓਜ਼ ਦੇ ਵਿੱਚੋਂ ਮਿਲਦਾ ਹੈ ਕਿ ਨਸ਼ਾ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ, ਨਸ਼ਾ ਨਾ ਕਰੋ, ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਹੀਂ ਰੱਖਿਆ ਹੋਇਆ, ਬਹੁਤ ਕੁਛ ਹੈ ਜੀ ਖਾਣ ਨੂੰ ਤੁਹਾਡੇ ਸਰੀਰ ਦੀ ਐਨਰਜੀ ਵਧਾਉਣ ਵਾਸਤੇ। ਸਾਡੇ ਤੋਂ ਇੱਥੇ ਆ ਕੇ ਪੁੱਛ ਸਕਦੇ ਹੋ, ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਸੋ ਦੋਸਤੋ, ਜੇਕਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਜੀ ਤਾਂ ਸਾਡੇ ਕੋਲ ਇੱਕ ਮੈਡੀਸਨ ਹੈਗੀ ਹੈ, ਤੁਸੀਂ ਉਹ ਲੈ ਸਕਦੇ ਹੋ, ਉਸ ਦੇ ਨਾਲ ਇਹ ਤੋੜ ਲੱਗਣੀ ਬੰਦ ਹੋ ਜਾਂਦੀ ਹੈ ਅਤੇ ਉਸਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ। ਬਾਕੀ ਜੀ ਜੇਕਰ ਤੁਹਾਨੂੰ ਤੋੜ ਜ਼ਿਆਦਾ ਲੱਗਦੀ ਹੈ ਤਾਂ ਤੁਸੀਂ ਇੱਕ ਗਲਾਸ ਅਨਾਰ ਦਾ ਜੂਸ ਲੈਣਾ ਹੈ, ਉਸ ਦੇ ਵਿੱਚ 2 ਕਣਕ ਦੇ ਦਾਣਿਆਂ ਦੀ ਮਾਤਰਾ ਜਿੰਨਾ ਤੁਸੀਂ ਚੂਨਾ ਪਾ ਲੈਣਾ ਹੈ, ਜਿਹੜਾ ਚੂਨਾ ਪਾਉਣ ਦੇ ਵਿੱਚ ਪੈਂਦਾ ਹੁੰਦਾ ਹੈ ਚੂਨਾ, ਤਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਫ਼ਤੇ ਦੇ ਵਿੱਚ 3 ਦਿਨ ਲੈਣਾ ਹੈ। 1 ਮਹੀਨਾ ਤੁਸੀਂ ਲੈ ਲਉਂਗੇ ਤਾਂ ਤੁਹਾਨੂੰ ਆਟੋਮੈਟਿਕਲੀ 10 ਤੋਂ 12 ਦਿਨ ਦੇ ਵਿੱਚ ਇਸਦਾ ਰਿਜ਼ਲਟ ਮਿਲੇਗਾ, ਤੁਹਾਡਾ ਸਰੀਰ ਦੱਸੇਗਾ ਜੀ ਕਿ ਮੈਨੂੰ ਨਸ਼ੇ ਦੀ ਜ਼ਰੂਰਤ ਨਹੀਂ ਹੈਗੀ, ਇਹ ਨਸ਼ੇ ਤੋਂ ਵੱਧ ਜ਼ਿਆਦਾ ਤੁਹਾਡੇ ਸਰੀਰ ਨੂੰ ਐਨਰਜੀ ਦਿੰਦਾ ਹੈ। ਬਾਕੀ ਇਹ ਵੀ ਨਹੀਂ ਹੈਗਾ ਜੀ ਕਿ ਜੇਕਰ ਤੁਸੀਂ ਅਨਾਰ ਦਾ ਜੂਸ ਅਤੇ ਚੂਨਾ ਰੈਗੂਲਰ ਲੈ ਲਉਂਗੇ ਤਾਂ ਤੁਹਾਨੂੰ ਇਸ ਦੀ ਆਦਤ ਪੈ ਜਾਏਗੀ, ਇੱਦਾਂ ਕੁਛ ਨਹੀਂ ਹੈਗਾ। ਜਸਟ ਇਹ 1 ਮਹੀਨਾ ਲਗਾਤਾਰ ਲੈਣ ਨਾਲ ਤੁਹਾਡੇ ਬਲੱਡ ਦੀ ਸਫਾਈ ਹੋ ਜਾਂਦੀ ਹੈ ਅਤੇ ਐਨਰਜੀ ਕਾਫੀ ਜ਼ਿਆਦਾ ਆਉਂਦੀ ਹੈ। ਨਾਲ ਨਾਲ ਤੁਸੀਂ ਦਹੀਂ ਸ਼ੱਕਰ ਖਾ ਸਕਦੇ ਹੋ, ਜਿਨ੍ਹਾਂ ਨੂੰ ਨਸ਼ਾ ਛੱਡਣ ਤੋਂ ਬਾਅਦ ਜ਼ੁਕਾਮ ਵਗੈਰਾ ਲੱਗ ਜਾਂਦਾ ਹੈ ਤਾਂ ਉਸ ਦੇ ਵਾਸਤੇ ਸਾਡੇ ਕੋਲ ਮੈਡੀਸਨ ਹੈਗੀ ਆ, ਉਹ ਲੈ ਸਕਦੇ ਹੋ। ਅਤੇ ਨਸ਼ਾ ਛੱਡਣ ਤੋਂ ਬਾਅਦ ਜੇਕਰ ਤੁਹਾਨੂੰ ਉਬਾਸੀਆਂ ਜ਼ਿਆਦਾ ਆਉਂਦੀਆਂ, ਥਕਾਵਟ ਜ਼ਿਆਦਾ ਪੈਂਦੀ ਹੈ ਤਾਂ ਤੁਸੀਂ D3 ਲੈ ਸਕਦੇ ਹੋ। ਮਤਲਬ ਕਾਫੀ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਜੇਕਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਬੜੇ ਸੌਖੇ ਸੌਖੇ ਛੋਟੇ ਛੋਟੇ ਘਰੇਲੂ ਨੁਸਖੇ ਹੁੰਦੇ ਆ ਜੀ ਇਹ, ਇਹਨਾਂ ਦੇ ਨਾਲ ਆਪਾਂ ਇਹ ਨਸ਼ਾ ਜਿਹੜਾ ਛੱਡ ਸਕਦੇ ਹਾਂ, ਇਸ ਕੋੜ ਤੋਂ ਆਜ਼ਾਦੀ ਪਾ ਸਕਦੇ ਹਾਂ। ਸੋ ਦੋਸਤੋ, ਮੇਰੇ ਵੱਲੋਂ ਕਹੀ ਹੋਈ ਕੋਈ ਵੀ ਗੱਲ ਜੇਕਰ ਕਿਸੇ ਨੂੰ ਤਕਲੀਫ ਦਿੰਦੀ ਹੈ ਜਾਂ ਤੁਹਾਨੂੰ ਮੇਰੀ ਕੋਈ ਗੱਲ ਚੰਗੀ ਨਹੀਂ ਲੱਗੀ ਤਾਂ ਮੈਂ ਹੁਣੇ ਇਸੇ ਵੀਡੀਓ ਦੇ ਵਿੱਚ ਤੁਹਾਡੇ ਤੋਂ ਮਾਫ਼ੀ ਮੰਗਦਾ, ਪਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਕਿਸੇ ਦੇ ਧੀ ਪੁੱਤ ਨੂੰ ਖਰਾਬ ਨਾ ਕਰੋ, ਛੋਟੀ ਜਿਹੀ ਜ਼ਿੰਦਗੀ ਹੈ ਜੀ। ਸੋ ਦੋਸਤੋ, ਕੁਛ ਨਹੀਂ ਹੈਗਾ, ਪਰਮਾਤਮਾ ਸਭ ਕੁਛ ਦਿੰਦਾ ਹੈ, ਕੋਈ ਜ਼ਰੂਰਤ ਨਹੀਂ ਹੈਗੀ ਕਿ ਆਪਾਂ ਕਿਸੇ ਗਲਤ ਕੰਮ ਦੇ ਵਿੱਚ ਪੈ ਕੇ ਕਿਸੇ ਦੇ ਧੀ ਪੁੱਤ ਨੂੰ ਖਰਾਬ ਕਰਕੇ ਅਤੇ ਉੱਥੇ ਤੋਂ ਪੈਸਾ ਬਣਾਇਆ ਜਾਵੇ। ਬੜੀ ਛੋਟੀ ਜਿਹੀ ਤੁਹਾਡੇ ਲਈ ਜਾਣਕਾਰੀ ਲੈ ਕੇ ਆਇਆ ਸੀ, ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ। ਮੈਨੂੰ ਦਿਓ ਜੀ ਆਗਿਆ, ਨੈਕਸਟ ਵੀਡੀਓ 'ਚ ਜਲਦ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ।